वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। अपनी अज दी वीडियो दा विषय है कि पीण वाले पानी नूं हमेशा चार्ज करके पीना चाहिदा है अते पीण वाले पानी नूं चार्ज किंज कीता जांदा है अते इस दे की फायदे ने, आपां सारी ही गल अज दी वीडियो दे विच करनी है। इस करके पूरी ही वीडियो नूं अंत तक ध्यान दे नाल सुनना अते समझना अते जो अज नुक्ता दसन जा रहे हैं ना, इह नुक्ता बहुत लाहेवंद आ, इहनूं करके जरूर देखना। जेकर आपां लगातार करदे आ ना तां असीं अपनी जिंदगी दे विच वड्डा बदलाव देखांगे। इस करके जरूर करना है क्योंकि देखो जी साइंस भी इस गल नूं मंनदी आ कि पानी दे कोल जो भी आपां बोलदे आ पानी उस चीज नूं स्वीकार करदा है, भाव कि जो भी आपां चंगा मंदा बोलदे आ ना पानी उस गल नूं स्वीकार करदा है, फिर साडे अंदर जाके उस तरीके दे नाल काम करना शुरू कर दिंदा है। तां इसे करके कहा जांदा है कि जदों भी आपां पानी पीना है ਤਾਂ ਪਾਣੀ ਨੂੰ ਦੇਖਦੇ ਹੋਇਆਂ ਚੰਗੀਆਂ ਗੱਲਾਂ ਕਰਨੀਆਂ ਨੇ। ਤਾਂ ਕਈ ਲੋਕ ਕਈ ਢੰਗ ਤਰੀਕਿਆਂ ਦੇ ਨਾਲ ਪਾਣੀ ਨੂੰ ਚਾਰਜ ਕਰਨਾ ਸਿਖਾਉਂਦੇ ਨੇ। ਕੋਈ ਕਹਿੰਦਾ ਹੈ ਕਿ ਪਾਣੀ ਪੀਣ ਲੱਗਿਆਂ ਪਾਣੀ ਦਾ ਗਲਾਸ ਹੱਥ ਵਿੱਚ ਫੜ ਕੇ ਉਸ ਨੂੰ ਦੇਖਦਿਆਂ ਹੋਇਆਂ ਬੋਲਣਾ ਹੈ ਕਿ ਮੈਂ ਇੱਕ ਸ਼ਕਤੀਸ਼ਾਲੀ ਆਤਮਾ ਹਾਂ, ਮੈਂ ਇੱਕ ਪਵਿੱਤਰ ਆਤਮਾ ਹਾਂ, ਮੈਂ ਇੱਕ ਸ਼ਾਂਤ ਆਤਮਾ ਹਾਂ। ਤੇ ਕਹਿੰਦੇ ਇੰਜ ਕਰਨ ਦੇ ਨਾਲ ਸਾਡੇ ਕਈ ਦੁੱਖ ਪਰੇਸ਼ਾਨੀਆਂ ਕਈ ਰੋਗ ਕੱਟੇ ਜਾ ਸਕਦੇ ਨੇ। ਤੇ ਇਹ ਗੱਲ ਬਿਲਕੁਲ ਸੱਚ ਆ ਕਿਉਂਕਿ ਸਾਇੰਸ ਵੀ ਇਸ ਗੱਲ ਨੂੰ ਪ੍ਰੂਫ ਕਰ ਚੁੱਕੀ ਆ ਕਿ ਜੋ ਵੀ ਆਪਾਂ ਪਾਣੀ ਦੇ ਕੋਲ ਚੰਗੀਆਂ ਗੱਲਾਂ ਕਰਦੇ ਆ, ਜੇਕਰ ਪੋਜ਼ਿਟਿਵ ਗੱਲਾਂ ਕਰਦੇ ਆ ਤਾਂ ਸਾਡੇ ਜੀਵਨ ਦੇ ਵਿੱਚ ਚੰਗਾ ਬਦਲਾਵ ਆਉਂਦਾ ਹੈ। ਤਾਂ ਇਸ ਕਰਕੇ ਆਪਾਂ ਜਦੋਂ ਵੀ ਪਾਣੀ ਨੂੰ ਪੀਣਾ ਹੈ ਨਾ, ਪਾਣੀ ਦੇ ਕੋਲ ਚੰਗੀਆਂ ਪੋਜ਼ਿਟਿਵ ਗੱਲਾਂ ਕਰਕੇ ਫਿਰ ਉਸ ਪਾਣੀ ਨੂੰ ਪੀਣਾ ਹੈ। ਅਤੇ ਸਭ ਤੋਂ ਬੈਸਟ ਤਰੀਕਾ ਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨ ਲੱਗਿਆਂ ਆਪਣੇ ਕੋਲ ਪਾਣੀ ਜ਼ਰੂਰ ਰੱਖਣਾ ਹੈ ਕਿਉਂਕਿ ਜਦੋਂ ਪਾਣੀ ਅਤੇ ਬਾਣੀ ਦਾ ਸੁਮੇਲ ਹੁੰਦਾ ਹੈ ਨਾ, ਉਹ ਸਾਡੇ ਕਈ ਦੁੱਖ ਦੂਰ ਕਰ ਦਿੰਦਾ ਹੈ। ਤਾਂ ਜੋ ਵੀ ਮੇਰੇ ਵੀਰ ਅਤੇ ਭੈਣਾਂ ਅੰਮ੍ਰਿਤ ਵੇਲੇ ਉੱਠਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਨੇ, ਤਾਂ ਉਹਨਾਂ ਨੇ ਨਿਤਨੇਮ ਕਰਨ ਲੱਗਿਆਂ ਇੱਕ ਗਲਾਸ ਪਾਣੀ ਨਾਲ ਭਰ ਕੇ ਆਪਣੇ ਕੋਲ ਰੱਖ ਲੈਣਾ ਹੈ। ਜਦੋਂ ਵੀ ਬਾਣੀ ਪੜ੍ਹਨੀ ਆ ਤਾਂ ਉਸ ਗਲਾਸ ਦੇ ਵੱਲ ਵੀ ਦੇਖਣਾ ਹੈ। ਤਾਂ ਇਸ ਤਰੀਕੇ ਦੇ ਨਾਲ ਉਹ ਜੋ ਪਾਣੀ ਹੈ ਨਾ ਉਹ ਅੰਮ੍ਰਿਤ ਰੂਪੀ ਬਣ ਜਾਵੇਗਾ। ਜਦੋਂ ਅਸੀਂ ਉਸ ਅੰਮ੍ਰਿਤ ਰੂਪੀ ਜਲ ਨੂੰ ਪੀਵਾਂਗੇ ਤਾਂ ਸਾਡੇ ਅੰਦਰ ਦੇ ਕਈ ਹੀ ਵਿਕਾਰ ਖਤਮ ਕਰ ਦੇਵੇਗਾ ਉਹ ਪਾਣੀ। ਤਾਂ ਇਸ ਕਰਕੇ ਆਪਾਂ ਰੋਜ਼ਾਨਾ ਹੀ ਪਾਣੀ ਨੂੰ ਚਾਰਜ ਕਰਕੇ ਪੀਣਾ ਹੈ।